ਐਵਰੀਵਨ, ਵੈਲਕਮ ਬੈਕ ਟੂ ਅਰ ਚੈਨਲ ਫਨ ਐਂਡ ਫਲੇਮ। ਸੋ ਅੱਜ ਫਾਈਨਲੀ ਬੜੇ ਦਿਨਾਂ ਬਾਅਦ ਮੈਂ ਦੁਬਾਰਾ ਵਲੌਗ ਸਟਾਰਟ ਕੀਤੇ ਨੇ। ਮੈਂ ਸੋਚ ਰਹੀ ਸੀ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਕਿਵੇਂ ਸਾਡਾ ਰੂਟੀਨ ਚੱਲ ਰਿਹਾ। ਸਭ ਤੋਂ ਪਹਿਲਾਂ ਹੁਣ ਸਵੇਰੇ ਉੱਠ ਕੇ ਪਹਿਲਾਂ ਮੈਂ ਮਸ਼ੀਨ ਲਾਈ ਹੈ ਕਿਉਂਕਿ ਕੱਪੜੇ ਧੋਣ ਵਾਲੇ ਸੀ, ਅਤੇ ਫਿਰ ਹੁਣ ਮੈਂ ਤੁਹਾਨੂੰ ਅੱਗੇ ਦਿਖਾਉਂਦੀ ਹਾਂ ਵੀ ਅੱਜ ਸਾਰਾ ਦਿਨ ਆਪਾਂ ਕਿਵੇਂ ਰੜਦੇ ਨੇ ਔਰ ਕਿਵੇਂ ਮੈਂ ਔਰ ਜ਼ੋਰਾਵਰ ਮਿਲ ਕੇ ਸਾਰੇ ਘਰ ਦਾ ਕੰਮ। ਅੱਜ ਦੇ ਮੌਸਮ ਦੀ ਖਬਰ ਇਹ ਹੈ ਕਿ ਬਹੁਤ ਜ਼ਿਆਦਾ ਧੁੰਦ ਪਈ ਹੋਈ ਹੈ ਅਤੇ ਅੰਦਰ ਸਾਡੇ ਪੁੱਤਰ ਜੀ ਹਜੇ ਸੋ ਰਹੇ ਨੇ, ਅਤੇ ਫਿਰ ਬਸ ਮੈਂ ਆਪਣਾ ਡੇਲੀ ਰੂਟੀਨ ਸਟਾਰਟ ਕਰ ਰਹੀ ਹਾਂ। ਸਵੇਰੇ ਸਵੇਰੇ ਗਰਮ ਗਰਮ ਪਾਣੀ ਪੀ ਕੇ, ਇਹ ਬੈਸਟ ਟਾਈਮ ਹੁੰਦਾ ਦਿਨ ਦਾ ਕਿਉਂਕਿ ਬਾਹਰਲਾ ਰੌਲਾ ਰੱਪਾ ਨਹੀਂ ਹੁੰਦਾ, ਮਾਇੰਡ ਬਹੁਤ ਰਿਲੈਕਸ ਹੁੰਦਾ। ਪਰ ਹੁਣ ਕੁਛ ਦਿਨਾਂ ਤੋਂ ਉੱਦਾਂ ਨਹੀਂ ਹੋ ਪਾ ਰਿਹਾ, ਬਸ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਦੁਬਾਰਾ ਉਹੀ ਰੂਟੀਨ ਦੇ ਵਿੱਚ ਆ ਜਾਵਾਂ। ਗੁੱਡ ਮਾਰਨਿੰਗ ਜ਼ਰਾਵਤ ਜੀ। ਗੁੱਡ ਮਾਰਨਿੰਗ। ਬਸ ਉਸ ਦੇ ਨਾਲ ਹੀ ਮੇਰਾ ਡੇਲੀ ਰੂਟੀਨ ਸਟਾਰਟ ਹੋ ਜਾਂਦਾ ਹੈ। ਸਫਾਈ ਅਭਿਆਨ, ਬਸ ਝਾੜੂ ਪੋਚੇ ਸਫਾਈਆਂ ਸਾਡੀਆਂ ਦਿੰਦੀਆਂ ਸ਼ੁਰੂ ਹੋ ਜਾਂਦੀਆਂ ਨੇ। ਗੁੱਡ ਮਾਰਨਿੰਗ। ਲਓ ਜੀ, ਤੁਹਾਨੂੰ ਖਿਲਾਰੇ ਵੱਲ ਲੈ ਕੇ ਚੱਲਦੇ ਹਾਂ। ਆਹ ਦੇਖੋ ਸਾਡੇ ਕੱਪੜੇ, ਗਰਮੀਆਂ ਦੇ ਕੱਪੜੇ ਨਿਕਲਣ ਲੱਗੇ ਨੇ। ਕੰਮ ਇਹੀ ਆ ਕਿ ਪਹਿਲਾਂ ਮੈਂ ਕੱਪੜੇ ਧੋਣ ਲਈ ਪਾਏ, ਅਤੇ ਦੂਜਾ ਕੰਮ ਸੀ ਕਿ ਮੈਂ ਜਿਹੜੇ ਸਰਦੀਆਂ ਦੇ ਕੱਪੜੇ ਉਹ ਕੱਢਾਂ ਅਤੇ ਗਰਮੀਆਂ ਦੇ ਰੱਖਾਂ। ਸੋ ਅੱਜ ਉਹੀ ਚੱਲੇਗਾ। ਮੌਸਮ ਆ ਗਿਆ ਕਿ ਨਾ ਤਾਂ ਸਮਝ ਆ ਰਿਹਾ ਵੀ ਕਿਹੜੇ ਕੱਪੜੇ ਕੱਢਣ ਵਾਲੇ ਆ, ਕਿਹੜੇ ਰੱਖਣ ਵਾਲੇ ਆ। ਬਸ ਜੋ ਵੀ ਹੈ ਕਰੀ ਜਾਓ। ਬੜੇ ਹੋ ਗਏ ਬੈਗ ਸੈਟਅਪ, ਅਜੇ ਵੀ ਕੁਛ ਕੁਛ ਬੈਗਸ ਬਾਰ ਬਾਰ ਵੀ ਖਿਲਾਰੇ ਹੋਏ ਆ ਮੈਂ। ਆਹ ਮੇਰੇ ਪੁੱਤ ਦਾ ਬੈਗ ਹੈ। ਹਾਂਜੀ, ਹੁਣ ਮੈਂ ਆ ਗਈ ਹਾਂ ਛੱਤ 'ਤੇ। ਹੁਣ ਲੜੀਆਂ ਲੁੜੀਆਂ ਲਾਉਣ ਆਏ ਆ ਵੀ ਖਤਮ ਹੋ ਗਏ, ਬਹੁਤ ਹੋ ਗਿਆ ਦੀਵਾਲੀ ਗੁਰਪੁਰਬ। ਹੁਣ ਥੋੜ੍ਹੀ ਸਫਾਈ ਕਰੀਏ, ਲੜੀਆਂ ਲਾਈਏ ਸਾਰੀਆਂ। ਦੇਖੋ ਤਾਂ ਮੇਰੇ ਪੁੱਤ ਮੇਰੀ ਲੜੀ ਲੈ ਕੇ ਕਿਆ ਹੈ, ਇਹ ਦਿਖਾਓ ਤੁਸੀਂ ਕਿਆ ਹੈ, ਦਿਖਾਣਾ ਹੈ। ਓਪਨ ਓਪਨ ਕਰੋ ਹੈਂਡ। ਓਕੇ, ਮਿੱਠੀ ਹੈ, ਠੀਕ ਹੈ। ਨੋਰਮਲੀ ਤਾਂ ਡੇਲੀ ਜੋਬ 'ਤੇ ਜਾਣਾ ਹੁੰਦਾ ਅਤੇ ਇੰਨਾ ਟਾਈਮ ਨਹੀਂ ਹੁੰਦਾ, ਅਤੇ ਅੱਜ ਛੁੱਟੀ ਹੈ ਅਤੇ ਆਪਾਂ ਕਿਹਾ ਇਹ ਵਾਲੇ ਕੰਮ ਨਿਪਟਾ ਦਿੱਤੇ ਜਾਣ ਜੋ ਪਹਿਲਾਂ ਪ੍ਰਤੀਕ ਕਰਦੇ ਸੀ, ਉਹ ਸਾਰੇ ਕੰਮ ਹੁਣ ਮੈਨੂੰ ਅਤੇ ਜ਼ੋਰਾਵਰ ਨੂੰ ਮਿਲ ਕੇ ਕਰਨੇ ਪੈ ਰਹੇ ਨੇ। ਅਤੇ ਪੁੱਤ ਵੀ ਮੇਰਾ ਪੂਰੀ ਹੈਲਪ ਕਰ ਰਿਹਾ, ਫਟਾਫਟ ਜਾ ਕੇ ਬੋਕਸਿਸ ਫੜਾਉਂਦਾ, ਅਤੇ ਉਹੀ ਕੰਮ ਮੈਂ ਨਾਲ ਨਾਲ ਕਰ ਰਹੀ ਹਾਂ। ਕੱਪੜੇ ਪਾ ਦਿੱਤੇ ਗਏ ਸੁੱਕਣੇ, ਅਤੇ ਹੁਣ ਸਾਡੇ ਵਾਰੀ ਆ ਗਈ ਜੀ ਰੋਟੀ ਸਬਜ਼ੀ, ਅਤੇ ਬਸ ਫਿਰ ਪਰਾਂਠਿਆਂ ਲੈਣ ਜੀ ਸ਼ੁਰੂ। ਸਵੇਰ ਦੇ ਜਿਹੜੇ ਮੇਨ ਮੇਨ ਕੰਮ ਸੋਚੇ ਸੀ ਉਹ ਖਤਮ ਕਰਕੇ ਹੁਣ ਆਪਾਂ ਲੱਗ ਗਏ ਜੀ ਪ੍ਰਸ਼ਾਦਿਆਂ ਵੱਲ। ਅੱਜ ਬਣ ਰਹੇ ਨੇ ਮੂਲੀ ਦੇ ਪਰੌਂਠੇ, ਬੜੇ ਚਿਰ ਤੋਂ ਦਿਲ ਕਰ ਰਿਹਾ ਸੀ। ਛੁੱਟੀ ਵਾਲਾ ਦਿਨ ਹੀ ਹੁੰਦਾ ਜਿੱਦਣ ਬੰਦੇ ਦਾ ਦਿਲ ਕਰਦਾ ਕਿ ਆਰਾਮ ਨਾਲ ਇੱਕ ਟੇਸਟੀ ਟੇਸਟੀ ਜਿਹਾ ਕੁਛ ਖਾਣਾ ਬਣਾਇਆ ਜਾਵੇ। ਤੁਸੀਂ ਛੁੱਟੀ ਵਾਲੇ ਦਿਨ ਕੀ ਖਾਸ ਬਣਾਉਂਦੇ ਹੋ ਜ਼ਰੂਰ ਦੱਸਿਓ। ਪਰ ਇੱਕ ਗੱਲ ਹੋਰ ਵੀ ਹੈ ਵੀ ਇਕੱਲੇ ਬੰਦੇ ਦਾ ਖਾਣ ਦਾ ਕੋਈ ਸਵਾਦ ਨਹੀਂ ਆਉਂਦਾ, ਪਾਰਟਨਰ ਦੇ ਨਾਲ ਆਪਣਾ ਹੀ ਮਜ਼ਾ ਆਉਂਦਾ। ਮੈਂ ਵੀ ਨਾ ਤੋਂ ਹੋ ਗਿਆ ਔਰ ਚਲੋ ਹੁਣ ਆਪਾਂ ਕੰਮ ਕਰੀਏ ਬਾਕੀ ਦੇ। ਮੈਂ ਸੋਚ ਰਿਹਾ ਘਰ ਦਾ ਥੋੜ੍ਹਾ ਜਿਹਾ ਕੰਮ ਕੀਤਾ ਜਾਵੇ। ਗਰਮ ਕੱਪੜੇ ਤਾਂ ਦੱਸਿਆ ਸੀ ਕੱਢਣ ਵਾਲੇ ਆ, ਥੋੜ੍ਹਾ ਜਿਹਾ ਉਹ ਕੰਮ ਹੋ ਚੁੱਕਾ ਹੈ, ਥੋੜ੍ਹਾ ਬਹੁਤਾ ਰਹਿੰਦਾ ਵੀ ਆ, ਹੁਣ ਉਹੀ ਕੰਮ ਕਰਨ ਲੱਗੇ ਕਿ ਉਹ ਸੈਟਿੰਗ ਕਰ ਲਵਾਂ। ਕਾਫੀ ਗਰਮ ਕੱਪੜੇ ਰੱਖ ਲਏ ਆ, ਪਰ ਹਜੇ ਜ਼ੋਰਾਵਰ ਦੇ ਕੁਛ ਕੱਢ ਲਏ ਸੀ ਪਹਿਲਾਂ, ਹੁਣ ਕੁਛ ਬਾਕੀ ਦੇ ਵੀ ਕੱਢ ਲੈਂਦੀ ਕਿਉਂਕਿ ਧੁੰਦ ਤੋਂ ਅਸੀਂ ਦੇਖ ਹੀ ਲਿਆ ਕਿ ਸਵੇਰੇ ਬਹੁਤ ਜ਼ਿਆਦਾ ਪੈ ਰਹੀ ਹੈ, ਅਤੇ ਇਸ ਕਰਕੇ ਸਾਰੇ ਕੱਪੜੇ ਕੱਢੇ ਲੈਣੇ ਨੇ। ਤੁਹਾਡੇ ਵਾਰ ਵਾਰ ਕਮੈਂਟਸ ਆ ਰਹੇ ਨੇ ਕਿ ਪ੍ਰਤੀਕ ਜੀ ਬਾਹਰ ਚਲੇ ਗਏ ਹੋ, ਠੀਕ ਹੈ, ਤੁਸੀਂ ਕਿਵੇਂ ਹੋ। ਉਹ ਬਾਹਰ ਠੀਕ ਹੈ, ਬਿਲਕੁਲ ਠੀਕ ਨੇ,
ਮੈਂ ਵੀ ਠੀਕ ਹਾਂ। ਹੁਣ ਉਹਨਾਂ ਨੂੰ ਗਿਆ ਹੋਇਆ 1.25 ਮਹੀਨਾ ਹੋ ਚੁੱਕਾ ਹੈ ਅਤੇ ਸੱਚ ਦੱਸਾਂ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਉਹਨਾਂ ਬਿਨਾਂ ਰਹਿਣਾ, ਸਾਰਾ ਕੁਛ ਅਰੇਂਜ ਕਰਨਾ, ਜ਼ੋਰਾਵਰ ਨੂੰ ਸੰਭਾਲਣਾ, ਘਰ ਨੂੰ ਸੰਭਾਲਣਾ ਅਤੇ ਜੋਬ ਵੀ ਕਰਨੀ, ਸੱਚੀ ਬਹੁਤ ਮੁਸ਼ਕਿਲ ਹੈ ਕਿਉਂਕਿ ਪਾਰਟਨਰ ਦਾ ਨਾਲ ਹੋਣਾ ਬਹੁਤ ਜ਼ਰੂਰੀ ਹੈ। ਔਰ ਬਾਰ ਬਾਰ ਤੁਸੀਂ ਸਾਰੇ ਕਮੈਂਟ ਕਰਦੇ ਹੋ ਕਿ ਫੈਮਿਲੀ ਸਪੋਰਟ ਕੌਣ ਕੌਣ ਹੈ ਤੁਹਾਡੇ ਕੋਲ। ਫਿਲਹਾਲ ਮੇਰੇ ਕੋਲ ਕੋਈ ਨਹੀਂ ਹੈ, ਮੈਂ ਔਰ ਜ਼ੋਰਾਵਰ ਹੀ ਹਾਂ। ਅਸੀਂ ਦੋਨੋਂ ਮਾਂ ਪੁੱਤੇ ਇੱਕ ਦੂਜੇ ਦੇ ਨਾਲ ਸੈਟਅਪ ਕਰ ਰਹੇ ਹਾਂ। ਜ਼ੋਰਾਵਰ ਬਹੁਤ ਸਮਝਦਾਰ ਔਰ ਬਹੁਤ ਹੀ ਸਪੋਰਟਿਵ ਹੈ, ਚਾਹੇ ਉਹਦਾ ਥਰਡ ਬਰਥਡੇ ਹਜੇ ਆਉਣ ਵਾਲਾ ਹੈ, ਬਸ 3 ਸਾਲ ਦਾ ਬੱਚਾ, ਪਰ ਬਹੁਤ ਸਪੋਰਟਿਵ ਹੈ ਔਰ ਪਰਮਾਤਮਾ ਦੀ ਬਹੁਤ ਮਿਹਰ ਹੈ। ਮੈਂ ਕਹਿੰਦੀ ਬਹੁਤ ਜ਼ਿਆਦਾ ਮਿਹਰ ਹੈ ਕਿ ਉਹ ਬਹੁਤ ਸਾਥ ਦੇ ਰਿਹਾ। ਹੋਰ ਫੈਮਿਲੀ ਸਪੋਰਟ ਦੇ ਵਿੱਚ ਫਿਲਹਾਲ ਸਾਡੇ ਕੋਲ ਕੋਈ ਨਹੀਂ ਹੈ, ਇੱਥੇ ਅਸੀਂ ਦੋਨੋਂ ਹੀ ਹਾਂ। ਪਰ ਹਾਂ, ਉਹਨਾਂ ਤੋਂ ਬਿਨਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਸਭ ਕੁਛ ਅਰੇਂਜ ਕਰਨਾ ਬੜਾ ਮੁਸ਼ਕਿਲ ਹੋ ਰਿਹਾ, ਪਰ ਇਹ ਟਾਈਮ ਬਹੁਤ ਅੱਛੀ ਚੀਜ਼ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਜ਼ਰੂਰ ਕਹੂੰਗੀ ਕਿ ਸਮਾਂ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਹੈ, ਔਰ ਇਹ ਸਮਾਂ ਬਹੁਤ ਅੱਛੀ ਚੀਜ਼ ਹੈ ਕਿ ਉਹ ਗਏ ਨੇ। ਔਰ ਪਿੱਛੋਂ ਮੈਂ ਬਹੁਤ ਜ਼ਿਆਦਾ ਸਟਰੋਂਗ ਹੋ ਗਈ ਹਾਂ, ਨਹੀਂ ਤਾਂ ਮੈਂ ਉਹਨਾਂ 'ਤੇ ਬਹੁਤ ਡਿਪੈਂਡੈਂਟ ਸੀ। ਬਹੁਤ ਸਟਰੋਂਗ ਹੋ ਗਈ ਹਾਂ, ਬਹੁਤ ਕੁਛ ਮੈਨੂੰ ਖੁਦ ਕਰਨਾ ਸਿੱਖ ਲਿਆ, ਕਿਵੇਂ ਸਾਰਾ ਕੁਛ ਕੰਮ ਕਰਨਾ ਹੈ, ਕਿਵੇਂ ਨਿਭਾਉਣਾ ਹੈ, ਉਹ ਹਰ ਚੀਜ਼ ਸਿੱਖ ਰਹੀ ਹਾਂ। ਹੌਲੀ ਹੌਲੀ ਸਿੱਖ ਜਾਵਾਂਗੀ, ਪਰ ਕਾਫੀ ਕੁਛ ਸਿੱਖ ਰਹੀ ਹਾਂ। ਪਰਮਾਤਮਾ ਬਹੁਤ ਕੁਛ ਸਿਖਾ ਵੀ ਦਿੰਦਾ ਹੈ। ਸੋ ਥੈਂਕ ਯੂ ਕਿ ਤੁਸੀਂ ਵੀ ਸਾਰੇ ਬਹੁਤ ਸਪੋਰਟ ਕਰ ਰਹੇ ਹੋ। ਸ਼ਾਇਦ ਅੱਜ ਮੈਂ ਤੁਹਾਡੇ ਨਾਲ ਗੱਲ ਕਰਦੀ ਹੋਈ ਬਹੁਤ ਜ਼ਿਆਦਾ ਨਰਵਸ ਹੋ ਰਹੀ ਹਾਂ, ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਗੱਲਾਂ ਕਰਾਂ। ਬਹੁਤ ਸਾਰੀਆਂ ਗੱਲਾਂ ਹੈ ਤੁਹਾਡੇ ਨਾਲ ਕਰਨ ਵਾਲੀਆਂ। ਤੁਹਾਡੇ ਜੋ ਵੀ ਕੁਸ਼ਚਨ ਹੋਣਗੇ ਸਾਨੂੰ ਨੀਚੇ ਕਮੈਂਟ ਜ਼ਰੂਰ ਦੇਈਓ, ਕਮੈਂਟ ਕਰ ਦਿਓ, ਜ਼ਰੂਰ ਕਰਿਓ, ਔਰ ਮੈਂ ਉਹਨਾਂ ਦੇ ਜਵਾਬ ਜ਼ਰੂਰ ਦਊਂਗੀ। ਔਰ ਜਿਵੇਂ ਦੇ ਤੁਸੀਂ ਵਲੌਗ ਚਾਹੋਗੇ ਅਸੀਂ ਉਵੇਂ ਦੇ ਜ਼ਰੂਰ ਲੈ ਕੇ ਆਵਾਂਗੇ। ਅਤੇ ਤੁਸੀਂ ਸਾਡੇ ਚੈਨਲ ਨੂੰ ਇੱਦਾਂ ਹੀ ਆਪਣਾ ਪਿਆਰ ਦਿੰਦੇ ਰਹੋ, ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀਡੀਓਜ਼ ਇੱਦਾਂ ਦੀਆਂ ਵੇਖਣ ਲਈ, ਅਤੇ ਬਣੇ ਰਹੋ ਸਾਡੇ ਨਾਲ ਹਮੇਸ਼ਾ ਇੱਥੇ ਹੀ ਪਿਆਰ ਦੇ ਨਾਲ। ਜ਼ੋਰਾਵਰ ਹਜੇ ਸੋ ਰਿਹਾ ਅਤੇ ਮੈਂ ਸੋਚਿਆ ਕਿਉਂ ਨਾ ਜ਼ੋਰਾਵਰ ਦੇ ਕੱਪੜੇ ਵੀ ਸੰਭਾਲ ਕੇ ਅਲਮਾਰੀ 'ਚ ਰੱਖ ਲਏ ਜਾਣ। ਬੜੇ ਕਿਊਟ ਕਿਊਟ ਜਿਹੇ ਕੱਪੜੇ ਬਾਹਰ ਆ ਰਹੇ ਨੇ। ਆ ਬੜਾ ਕਿਊਟ ਜਿਹਾ ਸਵੈਟਰ ਲਾਸਟ ਈਅਰ ਇਹਦੀ ਨਾਨੀ ਮੰਮਾ ਨੇ ਬੁਣਿਆ ਸੀਗਾ, ਪਿਛਲੇ ਸਾਲ ਤਾਂ ਇਹਦੇ ਵੱਡਾ ਸੀ, ਇਸ ਸਾਲ ਇਹਦੇ ਜ਼ਰੂਰ ਪਾਵਾਂਗੇ। ਬੜਾ ਹੀ ਪਿਆਰਾ ਜਿਹਾ ਸੋਫਟ ਜਿਹਾ ਸਵੈਟਰ ਹੈ। ਲਓ ਜੀ ਇਹਦੇ ਨਾਲ ਨਾਲ ਹੋ ਗਏ ਸਾਡੇ ਪੁੱਤਰ ਜੀ ਦੇ ਵੀ ਸਾਰੇ ਕੱਪੜੇ ਅਰੇਂਜ ਅਲਮਾਰੀ ਦੇ ਵਿੱਚ, ਤੇ ਹੁਣ ਵਾਰੀ ਆ ਗਈ ਜੀ ਰਸੋਈ ਕਰਦੀ ਹੈ। ਸੀਗਾ ਫਟਾਫਟ ਪਹਿਲਾਂ ਭਾਂਡੇ ਭੁੰਡੇ ਮਾਂਜ ਲਵਾਂ। ਮੈਨੂੰ ਬੇਸਿਕਲੀ ਹੁੰਦਾ ਕਿ ਜ਼ੋਰਾਵਰ ਦੇ ਸੁੱਤੇ ਸੁੱਤੇ ਹੀ ਜਿੰਨਾ ਕੰਮ ਹੋ ਜਾਵੇ ਉਹ ਸਭ ਤੋਂ ਵਧੀਆ ਹੈ, ਉਹ ਤੋਂ ਬਾਅਦ ਉਨਾ ਕੰਮ ਹੋ ਨਹੀਂ ਪਾਉਂਦਾ ਸਪੀਡ ਦੇ ਨਾਲ। ਔਰ ਫਟਾਫਟ ਕਿਚਨ ਵੀ ਸਾਫ਼ ਹੋ ਜਾਵੇ ਔਰ ਬਰਤਨ ਸਾਫ਼ ਹੋ ਜਾਣ, ਤੇ ਫਿਰ ਬੰਦੇ ਨੂੰ ਅੱਧੀ ਟੈਨਸ਼ਨ ਖਤਮ ਹੋ ਜਾਂਦੀ ਹੈ। ਮੇਰੇ ਵਰਗੀ ਬਹੁਤ ਸਾਰੀ ਮੰਮੀਜ਼ ਹੋਣਗੀਆਂ ਜਿਹੜੀਆਂ ਆਪਣੇ ਘਰ ਨੂੰ ਇਕੱਲੇ ਹੀ ਮੈਨੇਜ ਕਰ ਰਹੀਆਂ ਨੇ ਜੋਬ ਦੇ ਨਾਲ, ਔਰ ਨਾਲ ਨਾਲ ਆਪਣੇ ਬੇਬੀ ਨੂੰ। ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਣ ਵੀ ਉਹ ਕਿਵੇਂ ਕਿਵੇਂ ਅਰੇਂਜ ਕਰਦੇ ਨੇ ਸਾਰਾ ਕੁਛ। ਹੋ ਸਕਦਾ ਉਹਨਾਂ ਦੇ ਕਮੈਂਟਸ ਦੇ ਨਾਲ ਸਾਨੂੰ ਵੀ ਬਹੁਤ ਸਾਰੇ ਹੈਲਪਫੁਲ ਸੁਜੈਸ਼ਨਸ ਮਿਲ ਜਾਣ। ਅੱਜ ਜੇ ਕਿਚਨ ਦਾ ਕੰਮ ਖਤਮ ਕਰਕੇ ਅੱਜ ਮੈਂ ਸੋਚਿਆ ਥੋੜ੍ਹੀ ਪੌੜੀਆਂ ਵੀ ਸਾਫ਼ ਕਰ ਲਈਏ, ਅਤੇ ਬਸ ਹੁਣ ਮੈਂ ਥੋੜ੍ਹਾ ਆਰਾਮ ਕਰਨ ਦਾ ਸੋਚ ਰਹੀ ਹਾਂ ਵੀ ਜ਼ੋਰਾਵਰ ਹਜੇ ਥੋੜ੍ਹਾ ਰੈਸਟ ਹੀ ਕਰ ਰਿਹਾ, ਅਤੇ ਮੈਂ ਵੀ ਥੋੜ੍ਹੀ ਦੇਰ ਲੰਮੇ ਪੈ ਜਾ, ਥੋੜ੍ਹਾ ਜਿਹਾ ਆਰਾਮ ਹੋ ਜਾਏ ਬੌਡੀ, ਕਿਉਂਕਿ ਅਗਰ ਬੱਚੇ ਦੇ ਸੁੱਤੇ ਸੁੱਤੇ ਕੰਮ ਕਰਨਾ ਤਾਂ ਤੁਹਾਨੂੰ ਬਹੁਤ ਸਪੀਡ ਦੇ ਨਾਲ ਕੰਮ ਕਰਨਾ ਪੈਂਦਾ। ਅਤੇ ਆਹ ਮੇਰਾ ਪੁੱਤ ਮੇਰੇ ਹੱਥ ਦੇ ਉੱਤੇ ਸੋ ਗਿਆ, ਅਤੇ ਮੈਨੂੰ ਬੜਾ ਹੀ ਸਵੀਟ ਲੱਗ ਰਿਹਾ ਸੁੱਤਾ ਪਿਆ ਵੀ। ਸੋ ਕਿਊਟ, ਕਿਊਟਨੈਸ ਜ਼ਿਆਦਾ ਲੰਬੀ ਨਹੀਂ ਸੀ, 5-7 ਮਿੰਟ ਦੇ ਵਿੱਚ ਹੀ ਸਾਡੇ ਪੁੱਤਰ ਜੀ ਉੱਠ ਕੇ ਅਤੇ ਪੂਰੇ ਚਾਰਜ ਮੋਡ ਦੇ ਵਿੱਚ। ਕਿੱਥੇ ਗਏ ਸੀ? ਉੱਠ ਗਿਆ ਮੇਰਾ ਪੁੱਤ ਅਤੇ ਬਸ ਹੁਣ ਇੰਜੋਇਮੈਂਟ ਸ਼ੁਰੂ ਹੋ ਗਿਆ। ਉਹ ਉਹ ਹੁੱਡਾ ਸੀ, ਸੋ ਕਿਊਟ। ਜ਼ੋਰਾਵਰ ਉੱਠ ਗਿਆ ਅਤੇ ਬਸ ਉਸ ਤੋਂ ਬਾਅਦ ਹੁਣ ਮਸਤੀਆਂ ਸ਼ੁਰੂ ਹੋ ਗਈਆਂ। ਆਹ ਇੰਨੀ ਮੇਰਾ ਬੱਚਾ। ਆਹ
ਜ਼ੋਰਾਵਰ ਤੇ ਡੋਨੀ ਡੋਨੀ ਬੋਲੋ ਨਾ ਜ਼ੋਰਾਵਰ ਜ਼ੋਰਾਵਰ ਐ ਮੰਮਾ ਈਟਿੰਗ ਕੈਂਡੀ ਨੋ ਮੰਮਾ ਟੈਲਿੰਗ ਲਾਈ ਨੋ ਮੰਮਾ ਓਪਨ ਯੋਰ ਮਾਊਥ ਤੇ ਸ਼ਾਮ ਹੁੰਦੇ ਹੀ ਸਾਡੀ ਬੱਚਾ ਪਾਰਟੀ ਸਾਡੇ ਘਰ ਆ ਜਾਂਦੀ ਹੈ ਜ਼ੋਰਾਵਰ ਦੇ ਨਾਲ ਖੇਡਣ ਲਈ ਰੂਮ ਦਾ ਤੇ ਫਿਰ ਜੋ ਜੋ ਉਹਨਾਂ ਦੀਆਂ ਡਿਮਾਂਡਸ ਆ ਪੂਰੀਆਂ ਕਰਨੀਆਂ ਪੈਂਦੀਆਂ ਕਦੀ ਕਾਰਟੂਨ ਤੇ ਕਦੀ ਡਾਂਸ ਸਭ ਕੁਛ ਲਗਾਓ ਤੇ ਬੱਚੇ ਪੂਰਾ ਇੰਜੋਏ ਕਰਦੇ ਲਓ ਤੁਸੀਂ ਇਹ ਕਿੱਦਾਂ ਮਿਸ ਕਰ ਲਿਆ ਵੀ ਉਹਨਾਂ ਨੇ ਡਾਂਸ ਨਹੀਂ ਕਰਨਾ ਬਸ ਚ ਦੋਵੇਂ ਪਲਟਨ ਇਕੱਠੀ ਹੋਵੇ ਔਰ ਡਾਂਸ ਨਾ ਲੱਗੇ ਦਲਜੀਤ ਦੋਸਾਂਝ ਤੇ ਗਾਣੇ ਨਾ ਵੱਜਣ ਹੋ ਹੀ ਨਹੀਂ ਸਕਦਾ ਫਿਰ ਡਿਮਾਂਡ ਆ ਗਈ ਫਨ ਐਂਡ ਫਲੇਮ ਦੇ ਮਿੰਨੀ ਵਲੌਗ ਸੀ ਜਿਵੇਂ ਤੁਸੀਂ ਦੇਖਦੇ ਹੋ ਉਵੇਂ ਹੀ ਇਹ ਬੱਚੇ ਵੀ ਦੇਖਦੇ ਨੇ ਫਨ ਐਂਡ ਫਲੇਮ ਤੇ ਬਸ ਆਪਾਂ ਉਹੀ ਉਹਨਾਂ ਦੀ ਡਿਮਾਂਡ ਦੇ ਉੱਤੇ ਲਗਾ ਦਿੱਤਾ ਤੇ ਉਹ ਤੋਂ ਬਾਅਦ ਜੀ ਵਾਰੀ ਸੀ ਸਾਡੇ ਡਾਂਸ ਇਸ ਤਰ੍ਹਾਂ ਸ਼ਾਮ ਨੂੰ ਰੌਣਕ ਦੇਖ ਕੇ ਆਪਣਾ ਵੀ ਦਿਲ ਕਰਨ ਲੱਗ ਪੈਂਦਾ ਤੇ ਮੈਂ ਆਪਣੇ ਪੁੱਤ ਦੇ ਨਾਲ ਫਿਰ ਡਾਂਸ ਕਰਨ ਲੱਗ ਪਈ ਕਿਉਂਕਿ ਇਹਦੇ ਨਾਲ ਬੱਚਾ ਵੀ ਖੁਸ਼ ਰਹਿੰਦਾ ਕਿ ਹਾਂ ਮੰਮਾ ਉਹਦੇ ਨਾਲ ਵੀ ਪਾਰਟੀਸਪੇਟ ਕਰਦੇ ਨੇ ਬਹੁਤ ਠੰਡ ਵੀ ਹੋ ਗਈ ਆ ਹੁਣ ਤਾਂ ਸ਼ਾਮ ਦਾ ਵੇਲਾ ਹੋ ਗਿਆ ਅਤੇ ਮੈਂ ਸੋਚਿਆ ਜੀ ਚਾਵਲ ਬਣਾ ਲੈਂਦੇ ਹਾਂ ਪਲਾਓ ਅਤੇ ਚਲੋ ਫਿਰ ਦੇਖੀਏ ਘਰ 'ਚ ਜੋ ਜੋ ਸਬਜ਼ੀਆਂ ਸੀਗੀਆਂ ਸਾਰਾ ਕੁਛ ਹੀ ਪਾ ਰਹੀ ਹਾਂ ਇਹਦੇ 'ਚ ਸੋ ਲੈਟਸ ਸੀ ਚਾਵਲ ਤਾਂ ਥੋੜ੍ਹੇ ਜਿਹੇ ਹੀ ਹੈ ਅੱਧਾ ਕੁ ਗਲਾਸ ਦੋ ਜਣੇ ਅਸੀਂ ਡੇਢ ਕੁ ਜਣੇ ਪਰ ਜੋ ਜੋ ਮੇਰਾ ਬੇਟਾ ਖਾਂਦਾ ਮੈਂ ਸਾਰਾ ਕੁਛ ਹੀ ਪਾ ਰਹੀ ਹਾਂ ਤੜਕੇ ਛੜਕੇ ਲੱਗ ਗਏ ਆ ਲਓ ਜੀ ਵੱਜ ਗਈਆਂ ਸੀਟੀਆਂ ਸਾਡਾ ਸਮਾਨ ਤਿਆਰ ਚਾਵਲ ਹੋ ਗਏ ਤਿਆਰ ਜੀ ਕਰ ਦਿਓ ਬੰਦ ਇਹ ਮੇਰੇ ਰਾਈਸ ਬਣ ਕੇ ਰੈਡੀ ਹੈ ਵਾਓ ਕਿੱਦਾਂ ਦੋ ਗਰਮਾ ਗਰਮ ਚਾਵਲ ਜੀ ਪਹਿਲਾਂ ਆਪਣੇ ਪੁਤਲੀ ਲੈ ਕੇ ਜਾਵਾਂਗੀ ਫਿਰ ਦੇ ਦੀਆਂ ਉਹ ਕਿਵੇਂ ਰਿਸਪੋਂਡ ਕਰਦਾ ਜ਼ੋਰਾਵਰ ਨੂੰ ਵੀ ਇਹ ਪਲਾਓ ਪਸੰਦ ਆ ਗਏ ਅਤੇ ਜਦੋਂ ਬੱਚਾ ਪੇਟ ਭਰ ਕੇ ਖਾ ਲਵੇ ਤਾਂ ਖੁਦ ਨੂੰ ਵੀ ਤਸੱਲੀ ਹੁੰਦੀ ਹੈ ਵੀ ਠੀਕ ਹੈ ਉਹਦਾ ਟਮੀ ਫੁੱਲ ਹੋ ਗਿਆ ਹੈ ਆਪਣੇ ਪੁੱਤਰ ਜੀ ਨੂੰ ਖਿਲਾਉਣ ਤੋਂ ਬਾਅਦ ਥੋੜ੍ਹੀ ਜਿਹੀ ਪੇਟ ਪੂਜਾ ਕੀਤੀ ਮੈਂ ਅਤੇ ਫਿਰ ਚਲੇ ਗਏ ਬਾਹਰ ਗਲੀ ਦੇ ਵਿੱਚ ਖੇਡਣ ਦੇ ਲਈ ਥੋੜ੍ਹੀ ਮੌਜ ਮਸਤੀ ਕਰਕੇ ਅਸੀਂ ਘਰ ਵਾਪਸ ਆ ਗਏ ਕਿਉਂਕਿ ਸੌਣ ਦਾ ਸਮਾਂ ਵੀ ਹੋ ਗਿਆ ਰਾਤ ਹੋ ਗਈ ਹੈ ਅਤੇ ਆਪਾਂ ਲੱਗੇ ਹਾਂ ਜੀ ਸੌਣ ਅਤੇ ਤੁਸੀਂ ਵੀ ਆਪਣਾ ਖਿਆਲ ਰੱਖੋ ਅਤੇ ਬਣੇ ਰਹੋ ਸਾਡੇ ਨਾਲ ਐਂਡ ਡੋਂਟ ਫੋਰਗੇਟ ਟੂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਰ ਚੈਨਲ ਫਨ ਐਂਡ Flame. Bye-bye. Bye. Take care. Stay happy. Stay healthy. Stay happy.